ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ 10,000 ਦਾ ਗ੍ਰਾਂਟ US ਗਵਰਨਮੈਂਟ ਵੱਲੋਂ ਕਿਵੇਂ ਲੈ ਸਕਦੇ ਹੋ ਜੇ ਤੁਸੀਂ ਸਮਾਲ ਬਿਜ਼ਨਸ, ਸੋਲ ਪ੍ਰੋਪਰਾਈਟਰਸ਼ਿਪ, ਇੰਡੀਪੈਂਡੈਂਟ ਕੰਟਰੈਕਟਰ ਜਾਂ 1099 ਹੋ। ਜੇ ਆਪਾਂ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਜੇ ਤੁਸੀਂ ਓਨਰ ਆਪਰੇਟਰ ਹੋ ਜਾਂ ਤੁਸੀਂ ਕੰਪਨੀ ਡਰਾਈਵਰ ਹੋ ਜਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ 1099 ਦੀ ਕੰਟਰੈਕਟਰ ਜੌਬ ਹੋਵੇ, ਇਹ ਤੁਹਾਡੇ 'ਤੇ ਵੀ ਅਪਲਾਈ ਹੁੰਦਾ ਹੈ। ਸੋ ਇਹ ਕਿਹੜਾ ਪ੍ਰੋਗਰਾਮ ਹੈ? ਇਸ ਪ੍ਰੋਗਰਾਮ ਦਾ ਨਾਮ ਹੈਗਾ COVID-19 ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨ, ਇਹਨੂੰ ਆਪਾਂ EIDL ਵੀ ਕਹਿ ਸਕਦੇ ਹਾਂ। ਇਸ ਰਿਲੀਫ ਪ੍ਰੋਗਰਾਮ ਦਾ ਮਕਸਦ ਹੈ ਕਿ ਜਿਨ੍ਹਾਂ ਸਮਾਲ ਬਿਜ਼ਨਸਿਸ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਪਹੁੰਚੀ ਹੋਵੇ ਕਰੋਨਾ ਵਾਇਰਸ ਕਰਕੇ, ਇਹ ਉਹਨਾਂ ਦੀ ਮਦਦ ਲਈ ਬਣਿਆ ਹੈ। ਇਸ ਪ੍ਰੋਗਰਾਮ ਦੇ ਦੋ ਹਿੱਸੇ ਨੇ। ਫਸਟ ਇਜ਼ ਅ $10,000 ਗ੍ਰਾਂਟ ਜਿਹੜਾ ਤੁਹਾਨੂੰ ਵਾਪਸ ਨਹੀਂ ਦੇਣਾ ਪੈਣਾ, ਤੁਸੀਂ ਕਿਸੇ ਵੀ ਬਿਜ਼ਨਸ ਐਕਸਪੈਂਸਿਸ ਵਾਸਤੇ ਵਰਤ ਸਕਦੇ ਹੋ। ਐਂਡ ਦੂਜਾ ਪਾਰਟ ਕਿ ਤੁਹਾਨੂੰ ਅਪ ਟੂ $2 million ਲੋਨ ਵੀ ਮਿਲ ਸਕਦਾ ਹੈ। ਇਹ ਦੋਨੇ ਪ੍ਰੋਗਰਾਮਾਂ ਵਾਸਤੇ ਐਪਲੀਕੇਸ਼ਨ ਇੱਕੋ ਹੀ ਹੈ ਅਤੇ ਸਿਰਫ 5 ਮਿੰਟ ਲੱਗਦੇ ਨੇ ਭਰਨ ਨੂੰ। ਸੋ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਭਰੋ। ਇਹ ਫਸਟ ਕਮ ਫਸਟ ਸਰਵ ਬੇਸਿਸ 'ਤੇ ਤੁਹਾਨੂੰ ਗ੍ਰਾਂਟ ਮਿਲਣਾ ਹੈ ਅਤੇ ਅਪ ਟੂ $10 billion ਜੋ ਕਿ ਐਲੋਕੇਟ ਗਵਰਨਮੈਂਟ ਨੇ ਕੀਤਾ ਹੋਇਆ ਉਹਦੇ ਵਿੱਚੋਂ ਦਿੱਤਾ ਜਾਵੇਗਾ। ਸੋ ਪਲੀਜ਼ ਜਲਦੀ ਤੋਂ ਜਲਦੀ ਐਪਲੀਕੇਸ਼ਨ ਤੁਸੀਂ ਭਰ ਸਕਦੇ ਹੋ। ਆਓ ਆਪਾਂ ਇਸ ਪ੍ਰੋਗਰਾਮ ਦੇ ਸਭ ਤੋਂ ਪਹਿਲਾਂ ਟਰਮਸ ਦੇਖਦੇ ਹਾਂ। ਸੋ ਸਭ ਤੋਂ ਪਹਿਲੀ ਗੱਲ, ਜੋ ਤੁਹਾਨੂੰ 10,000 ਦਾ ਗ੍ਰਾਂਟ ਦਿੱਤਾ ਜਾਵੇਗਾ ਉਹ ਤੁਹਾਨੂੰ ਦੁਬਾਰਾ ਦੇਣ ਦੀ ਜ਼ਰੂਰਤ ਨਹੀਂ ਹੈ। ਦੂਜੀ ਗੱਲ, ਇਸ ਪ੍ਰੋਗਰਾਮ ਵਾਸਤੇ ਤੁਹਾਨੂੰ ਕੋਈ ਵੀ ਟੈਕਸ ਰਿਟਰਨ ਦੀ ਜਾਂ ਕੋਈ ਵੀ ਐਡੀਸ਼ਨਲ ਡਾਕੂਮੈਂਟਸ ਦੀ ਨਹੀਂ ਲੋੜ। ਤੁਸੀਂ ਸਿੰਪਲੀ ਬਸ ਐਪਲੀਕੇਸ਼ਨ ਭਰਨੀ ਆ। ਤੀਜੀ ਗੱਲ, ਜੋ $10,000 ਦਾ ਗ੍ਰਾਂਟ ਆ ਅਤੇ ਲੋਨ ਆ, ਇਹ ਦੋਨੇ ਹੀ ਸੈਪਰੇਟ ਚੀਜ਼ਾਂ ਨੇ। ਤੁਹਾਨੂੰ $10,000 ਮਿਲੂਗਾ ਹੀ ਮਿਲੂਗਾ ਜੇ ਤੁਸੀਂ ਅਪਰੂਵ ਹੋ ਗਏ, ਚਾਹੇ ਤੁਹਾਡਾ ਲੋਨ ਅਪਰੂਵ ਹੋਵੇ ਜਾਂ ਨਾ ਹੋਵੇ, ਉਹ ਸੈਪਰੇਟ ਆ ਟੋਟਲੀ। ਅਖੀਰ ਵਿੱਚ ਇਹ ਗ੍ਰਾਂਟ 3 ਦਿਨਾਂ ਵਿੱਚ ਅਪਰੂਵ ਹੋ ਜਾਂਦਾ, ਪਰ ਸਾਨੂੰ ਸੁਣਨ 'ਚ ਆ ਰਿਹਾ ਕਿ ਡਿਲੇ ਹੋਣ ਕਰਕੇ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਵੀ ਲੱਗ ਸਕਦਾ ਹੈ। ਸੋ ਇਹ ਗੱਲ ਹੋ ਗਈ 10,000 ਗ੍ਰਾਂਟ ਦੀ। ਸੋ ਜੇ ਤੁਸੀਂ ਲੋਨ ਵਾਸਤੇ ਵੀ ਅਪਲਾਈ ਕਰਦੇ ਹੋ ਅਤੇ ਜੇ ਤੁਹਾਡਾ ਲੋਨ ਅਪਰੂਵ ਹੁੰਦਾ, ਉਹਦੀਆਂ ਟਰਮਸ ਨੇ ਕਿ ਤੁਹਾਨੂੰ 3.75 ਇੰਟਰਸਟ ਰੇਟ ਸਾਲ ਦਾ ਲੱਗੂਗਾ ਤੁਹਾਡੇ ਉਹ ਲੋਨ ਦੇ ਉੱਤੇ, ਅਤੇ ਮੈਕਸੀਮਮ ਜੋ ਟਰਮ ਆ ਉਹ 10 ਸਾਲ ਦੀ ਹੋਊਗੀ। ਕੋਈ ਵੀ ਪਰਸਨਲ ਗਰੰਟੀ ਨਹੀਂ ਰਿਕੁਆਇਰਡ ਜੇ ਤੁਸੀਂ 2 ਲੱਖ ਤੱਕ ਲੋਨ ਲੈ ਰਹੇ ਹੋ। ਤੁਹਾਡੇ ਕੋਲੋਂ ਕੋਈ ਵੀ ਕਲੈਰਲ ਵੀ ਨਹੀਂ ਪੁੱਛਿਆ ਜਾਵੇਗਾ ਜੇ ਤੁਸੀਂ ਅਪ ਟੂ $25,000 ਦਾ ਲੋਨ ਲੈ ਰਹੇ ਹੋ, ਪਰ ਜਿਹੜੀਆਂ ਬੈਂਕਸ ਨੇ ਕਾਫੀ ਫਲੈਕਸੀਬਲ ਨੇ, ਉਹ ਤੁਹਾਡੇ ਨਾਲ ਕੰਮ ਕਰਨਗੇ ਇਹਦੇ ਵਿੱਚ। ਅਤੇ ਜੇ ਲਾਸਟ ਚੀਜ਼, ਜੋ ਲੋਨ ਫਰਗਿਵਨੈਸ ਆ, ਜੇ ਤੁਸੀਂ ਇਹ ਲੋਨ ਪੈਸੀਫਿਕ ਪਰਪਸਿਸ ਵਾਸਤੇ ਯੂਜ਼ ਕਰ ਰਹੇ ਹੋ, ਜਿਵੇਂ ਪੇਰੋਲ, ਯੂ ਨੋ, ਰੈਂਟ ਵਾਸਤੇ ਯੂਜ਼ ਕਰਦੇ ਹੋ ਜਾਂ ਯੂਟੀਲਿਟੀਜ਼ ਜਾਂ ਮੋਰਗੇਜ ਇੰਟਰਸਟ ਵਾਸਤੇ, ਤਾਂ ਇਹ ਲੋਨ ਮਾਫ਼ ਵੀ ਤੁਹਾਡਾ ਹੋ ਸਕਦਾ ਹੈ। ਇਹ ਤੁਸੀਂ ਆਪਣੇ ਬੈਂਕ ਕੋਲੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਸੋ ਇਹ ਪ੍ਰੋਗਰਾਮ ਵਾਸਤੇ ਕੌਣ ਕੁਆਲੀਫਾਈ ਹੁੰਦਾ ਹੈ? ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ LLC ਹੋ, ਐਸ ਕਾਰਪ ਹੋ ਜਾਂ ਸੀ ਕਾਰਪ ਹੋ, ਜਿਨ੍ਹਾਂ ਦੇ 500 ਤੋਂ ਘੱਟ ਇੰਪਲੋਈ ਹੋਣ, ਫਿਰ ਤੁਸੀਂ ਕੁਆਲੀਫਾਈਡ ਹੋ। ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ W-2 ਦਿੱਤੇ ਨੇ, ਉਹ ਤੁਹਾਡੇ ਇੰਪਲੋਈਜ਼ ਹੁੰਦੇ ਨੇ। ਸੋ ਜੇ ਤੁਸੀਂ ਪਤਾ ਕਰਨਾ ਹੋਵੇ ਤੁਹਾਡੇ ਕਿੰਨੇ ਇੰਪਲੋਈਜ਼ ਨੇ, ਸਿੰਪਲੀ ਤੁਸੀਂ ਕਾਊਂਟ ਕਰ ਲਓ ਕਿ ਤੁਸੀਂ ਪਿਛਲੇ ਸਾਲ ਕਿੰਨੇ W-2 ਦਿੱਤੇ ਨੇ। ਜੇ ਤੁਸੀਂ ਸੋਲ ਪ੍ਰੋਪਰਾਈਟਰ ਹੋ, ਮਤਲਬ ਤੁਸੀਂ ਆਪਣੇ ਆਪ ਵਾਸਤੇ ਟੈਕਸੀ ਚਲਾ ਰਹੇ ਹੋ ਜਾਂ ਆਪਣੇ ਪਰਸਨਲ ਨਾਮ 'ਤੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਰਹੇ ਹੋ, ਜਾਂ ਤੁਸੀਂ 1099 ਕੰਟਰੈਕਟਰ ਹੋ, ਤੁਸੀਂ ਫਿਰ ਵੀ ਇਸ ਪ੍ਰੋਗਰਾਮ ਵਾਸਤੇ ਕੁਆਲੀਫਾਈ ਹੁੰਦੇ ਹੋ। ਅਤੇ ਅਖੀਰ ਵਿੱਚ, ਜੇ ਤੁਸੀਂ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਆ ਸਾਲ, ਪਰ ਤੁਸੀਂ January 31, 2020 ਤੋਂ ਪਹਿਲਾਂ ਸ਼ੁਰੂ ਕੀਤਾ ਹੋਵੇ, ਤੁਸੀਂ ਫਿਰ ਵੀ ਇਸ ਪ੍ਰੋਗਰਾਮ ਵਾਸਤੇ ਕੁਆਲੀਫਾਈ ਹੁੰਦੇ ਹੋ। ਸੋ ਤੁਸੀਂ ਇਹ ਪ੍ਰੋਗਰਾਮ ਵਾਸਤੇ ਕਿਵੇਂ ਅਪਲਾਈ ਕਰ ਸਕਦੇ ਹੋ? ਤੁਹਾਨੂੰ ਜੋ ਸਕਰੀਨ 'ਤੇ ਲਿੰਕ ਸ਼ੋਅ ਕੀਤਾ ਜਾ ਰਿਹਾ ਉਹ 'ਤੇ ਕਲਿੱਕ ਕਰਕੇ ਤੁਸੀਂ ਐਪਲੀਕੇਸ਼ਨ 'ਤੇ ਜਾ ਸਕਦੇ ਹੋ। ਐਪਲੀਕੇਸ਼ਨ ਆ ਜੋ ਉਹ ਬਹੁਤ ਹੀ ਜ਼ਿਆਦਾ ਸਿੰਪਲ ਆ, ਸਿਰਫ ਅਤੇ ਸਿਰਫ ਤੁਹਾਨੂੰ 5 ਮਿੰਟ ਲੱਗਣੇ ਨੇ ਭਰਨ ਵਾਸਤੇ। ਮੈਂ ਦੁਬਾਰਾ ਫਿਰ ਕਹਿ ਦਿਆਂ ਕਿ ਇਹ ਫੰਡਿੰਗ ਆ ਜਿਹੜੀ ਉਹ ਫਸਟ ਕਮ ਫਸਟ ਸਰਫ ਬੇਸਿਸ 'ਤੇ ਮਿਲ ਰਹੀ ਆ। ਜਦੋਂ ਹੀ ਉਹਨਾਂ ਨੇ $10 billion ਦੇ ਦਿੱਤਾ ਸਾਰਾ ਦਾ ਸਾਰਾ, ਉਹ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਨਹੀਂ ਅਪਰੂਵ ਹੋਣੀ। ਮੈਂ ਦੁਬਾਰਾ ਫਿਰ ਕਹਿ ਦਿਆਂ ਕਿ ਤੁਸੀਂ ਇਹ ਸਿੰਪਲ ਅਤੇ ਬਹੁਤ ਹੀ ਈਜ਼ੀ ਐਪਲੀਕੇਸ਼ਨ ਆ, ਤੁਸੀਂ ਇਹ ਲਿੰਕ 'ਤੇ ਜਾ ਕੇ ਭਰ ਸਕਦੇ ਹੋ। ਤੁਹਾਨੂੰ ਅਸੀਂ ਹੁਣ ਇੱਕ ਸੈਂਪਲ ਐਪਲੀਕੇਸ਼ਨ ਭਰ ਕੇ ਵੀ ਦਿਖਾਵਾਂਗੇ। ਆਓ ਦੇਖੀਏ, ਐਪਲੀਕੇਸ਼ਨ ਭਰਨੀ ਸ਼ੁਰੂ ਕਰਾਂਗੇ। ਸੋ ਜਿਹੜਾ ਤੁਹਾਨੂੰ ਲਿੰਕ ਪ੍ਰੋਵਾਈਡ ਕੀਤਾ ਸੀਗਾ, ਤੁਸੀਂ ਉਹਦੇ 'ਤੇ ਜਾ ਸਕਦੇ ਹੋ, ਜਿਵੇਂ ਆਪਾਂ ਦੇਖ ਸਕਦੇ ਹੋ ਉੱਤੇ। ਜਦੋਂ ਤੁਸੀਂ ਪਹੁੰਚੋਗੇ, ਸਿੱਧਾ ਐਪਲੀਕੇਸ਼ਨ ਪੇਜ 'ਤੇ ਹੀ ਜਾਓਗੇ ਤੁਸੀਂ। ਸੋ ਜਿਹੜਾ ਸਭ ਤੋਂ ਪਹਿਲਾ ਸੈਕਸ਼ਨ ਆ ਉਹ ਹੈਗਾ ਐਲੀਜੀਬਲ ਐਂਟੀਟੀ ਵੈਰੀਫਿਕੇਸ਼ਨ। ਜਿਹੜੀਆਂ 2 ਆਪਸ਼ਨਸ ਸਾਨੂੰ ਅਪਲਾਈ ਹੋਣਗੀਆਂ ਉਹ ਇਹਦੇ ਵਿੱਚ, ਉਹ ਹੈਗੀ option number 1 ਅਤੇ option number 2। ਜਿਹੜੀ ਸਭ ਤੋਂ ਪਹਿਲੀ ਆਪਸ਼ਨ ਆ ਉਹ ਹੈਗੀ ਐਪਲੀਕੈਂਟ ਇਜ਼ ਅ ਬਿਜ਼ਨਸ ਵਿਦ ਨਾਟ ਮੋਰ ਦੈਨ 500 ਇੰਪਲੋਈਜ਼। ਜੇ ਤੁਸੀਂ ਕਾਰਪੋਰੇਸ਼ਨ ਹੋ, LLC ਹੋ, ਕੋਈ ਵੀ ਬਿਜ਼ਨਸ ਹੋ ਜਿਨ੍ਹਾਂ ਦੇ 0 ਤੋਂ ਲੈ ਕੇ 500 ਤੱਕ ਇੰਪਲੋਈਜ਼ ਨੇ, ਫਿਰ ਤੁਸੀਂ ਆਪਸ਼ਨ ਪਹਿਲੀ ਚੂਜ਼ ਕਰੋਗੇ। ਜੇ ਤੁਸੀਂ ਸੋਲ ਪ੍ਰੋਪਰਾਈਟਰਸ਼ਿਪ ਹੋ, ਜਾਂ ਤੁਹਾਡੇ ਕੋਈ ਵੀ ਇੰਪਲੋਈਜ਼ ਨਹੀਂ ਆ, ਜਾਂ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੋ, ਫਿਰ ਤੁਸੀਂ option number 2 ਚੂਜ਼ ਕਰੋਗੇ। ਸੋ option 1 ਬਿਜ਼ਨਸਿਸ ਵਾਸਤੇ ਆ ਜਿਨ੍ਹਾਂ ਤੋਂ 0 to 500 ਇੰਪਲੋਈਜ਼, ਅਤੇ ਆਪਸ਼ਨ ਜਿਹੜੀ 2 ਆ ਉਹ ਹੈਗੀ ਸੋਲ ਪ੍ਰੋਪਰਾਈਟਰਸ਼ਿਪ ਵਾਸਤੇ ਜਾਂ ਇੰਡੀਪੈਂਡੈਂਟ ਕੰਟਰੈਕਟਰ, ਜਿਵੇਂ ਤੁਸੀਂ ਟੈਕਸੀ ਡਰਾਈਵਰ ਹੋ, ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਵਾਸਤੇ option 2 ਹੋਊਗੀ। ਸੋ ਆਪਾਂ ਇੱਕ ਟਰੱਕਿੰਗ ਕੰਪਨੀ ਸੈਂਪਲ ਵਾਸਤੇ ਯੂਜ਼ ਕਰਾਂਗੇ।
ਸੋ ਅਸੀਂ ਕਰਾਂਗੇ ਆਪਸ਼ਨ ਨੰਬਰ 1 ਚੂਜ਼। ਹੁਣ ਸੈਕਿੰਡ ਜਿਹੜਾ ਪਾਰਟ ਆ ਇਹਦੇ ਵਿੱਚ ਇਹ ਕੁਐਸਚਨ ਤੁਸੀਂ ਸਾਰੇ ਪਲੀਜ਼ ਰਿਵਿਊ ਕਰਕੇ ਅਤੇ ਇਹਨਾਂ ਨੂੰ ਚੈੱਕ ਬਾਕਸ ਕਰਨਾ ਜੇ ਤੁਹਾਨੂੰ ਅਪਲਾਈ ਹੁੰਦਾ। ਇਹ ਸੈਂਪਲ ਟਰੱਕਿੰਗ ਕੰਪਨੀ ਵਾਸਤੇ ਮੈਂ ਵੈਸੇ ਸਾਰੇ ਰਿਵਿਊ ਕੀਤੇ ਹੋਏ ਨੇ, ਅਸੀਂ ਸਾਰੇ ਚੈੱਕ ਬਾਕਸ ਕਰਾਂਗੇ। ਇਹ ਚੈੱਕ ਕਰ ਰਿਹਾ ਕਿ ਤੁਹਾਡੀ ਕੋਈ ਵੀ ਇਲੀਗਲ ਐਕਟੀਵਿਟੀ ਵਿੱਚ ਤੁਹਾਡੀ ਇਨਵੋਲਵਮੈਂਟ ਤਾਂ ਨਹੀਂ, ਅਤੇ ਕੋਈ ਵੀ ਹੋਰ ਬਿਜ਼ਨਸ ਜਿਵੇਂ ਲੋਬਿੰਗ ਜਾਂ ਸਟੇਟ ਗਵਰਨਮੈਂਟ ਤੁਸੀਂ ਐਂਟੀਟੀ ਤਾਂ ਨਹੀਂ। ਸੋ ਤੁਸੀਂ ਇਹ ਸਾਰੇ ਰਿਵਿਊ ਕਰ ਲੈਣੇ ਨੇ। ਸੋ ਮੈਂ ਸਾਰੇ ਚੈੱਕ ਬਾਕਸ ਕਰ ਦਿੱਤੇ ਨੇ ਅਤੇ ਹੁਣ ਮੈਂ ਕੰਟੀਨਿਊ ਕਰ ਦੇਣਾ। ਹੁਣ ਆਪਾਂ ਭਰਾਂਗੇ ਬੇਸਿਕ ਬਿਜ਼ਨਸ ਇਨਫੋਰਮੇਸ਼ਨ। ਬਿਜ਼ਨਸ ਲੀਗਲ ਨੇਮ ਇੱਥੇ ਆਪਾਂ ਚੂਜ਼ ਕਰ ਲੈਂਦੇ ਹਾਂ, ਕੰਪਨੀ ਦਾ ਨਾਂ ਟ੍ਰੇਡ ਨੇਮ ਸਾਡਾ ਸੇਮ ਹੀ ਆ, ਟਰੈਕਿੰਗ ਕੰਪਨੀ ਇੰਕ। ਹੁਣ ਇੱਥੇ ਆਪਾਂ ਪਾਵਾਂਗੇ ਈ ਆਈ ਐੱਨ ਨੰਬਰ ਜਾਂ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਤੁਹਾਡੇ ਸੋਲ ਪ੍ਰੋਪ ਵਾਸਤੇ। ਸੋ ਅਸੀਂ ਈ ਐੱਨ ਨੰਬਰ ਪਾਵਾਂਗੇ। ਔਰਗਨਾਈਜੇਸ਼ਨ ਟਾਈਪ ਤੁਸੀਂ ਇੱਥੇ ਚੂਜ਼ ਕਰ ਸਕਦੇ ਹੋ ਕਿ ਤੁਹਾਡੇ ਤੁਹਾਡੀ ਕਿਹੜੀ ਆਪਸ਼ਨ ਅਪਲਾਈ ਹੋ ਰਹੀ ਆ। ਈਦਰ ਐੱਲ ਐੱਲ ਸੀ, ਸੋਲ ਪ੍ਰੋਪ, ਸੀ ਕੋਰਪ, ਐੱਸ ਕੋਰਪ, ਜਿਹੜੀ ਵੀ ਤੁਹਾਨੂੰ ਆਪਸ਼ਨ ਅਪਲਾਈ ਹੁੰਦੀ ਤੁਸੀਂ ਉਹ ਚੂਜ਼ ਕਰ ਲੈਣਾ। ਅਸੀਂ ਐੱਸ ਕਾਰਪੋਰੇਸ਼ਨ ਚੂਜ਼ ਕਰਾਂਗੇ। ਇਜ਼ ਇਸ ਐਪਲੀਕੈਂਟ ਅ ਨੋਨ ਪ੍ਰੋਫਿਟ, ਅਸੀਂ ਨੋਨ ਪ੍ਰੋਫਿਟ ਨਹੀਂ ਹਾਂ ਸੋ ਆਪਾਂ ਇੱਥੇ ਨੋ ਕਰ ਦੇਣਾ। ਇਜ਼ ਇਸ ਐਪਲੀਕੈਂਟ ਅ ਫਰੈਂਚਾਈਜ਼, ਆਪਾਂ ਫਰੈਂਚਾਈਜ਼ ਹਾਂ, ਨੋਪ, ਆਪਾਂ ਇੱਥੇ ਕਲਿੱਕ ਕਰ ਦੇਣਾ। ਹੁਣ ਇਹ ਆਪਸ਼ਨ ਦੇ ਵਿੱਚ ਆਪਾਂ ਪਾਵਾਂਗੇ ਤੁਹਾਡੇ ਜੋ ਰੈਵਨਿਊਜ਼ ਨੇ ਪਿਛਲੇ ਜਨਵਰੀ 31, 2019 ਤੋਂ ਲੈ ਕੇ ਜਨਵਰੀ 31, 2020 ਤੱਕ। ਸੋ ਆਪਾਂ ਇਹਦੇ ਵਾਸਤੇ ਸੈਂਪਲ ਵਾਸਤੇ 100,000 ਪਾਵਾਂਗੇ। ਕੋਸਟ ਆਫ ਗੁੱਡ ਸੋਲਡ, ਐਜ਼ ਅ ਟਰੱਕਿੰਗ ਕੰਪਨੀ ਕੋਸਟ ਆਫ ਗੁੱਡ ਸੋਲਡ ਆਪਣੀ ਜ਼ੀਰੋ ਆ, ਸੋ ਇੱਥੇ ਆਪਾਂ ਜ਼ੀਰੋ ਪਾਵਾਂਗੇ ਕਿਉਂਕਿ ਆਪਾਂ ਸਮਾਨ ਲੈ ਕੇ ਗਾਂਹ ਵੇਚ ਨਹੀਂ ਰਹੇ, ਤਾਂ ਕਰਕੇ ਜ਼ੀਰੋ ਹੋਊਗਾ। ਜਿਹੜੀਆਂ ਅਗਲੀਆਂ ਆਪਸ਼ਨਸ ਨੇ 6, ਉਹ ਤੁਹਾਡੀ ਰੈਂਟਲ ਪ੍ਰੋਪਰਟੀਜ਼ ਵਾਸਤੇ ਜਾਂ ਤੁਸੀਂ ਜੇ ਫੇਥ ਬੇਸਡ ਐਂਟੀਟੀਜ਼ ਹੋ ਉਹ ਤੁਹਾਡੇ ਵਾਸਤੇ ਆ, ਸੋ ਆਪਾਂ ਸਕਿੱਪ ਕਰ ਜਾਣੀਆਂ। ਇੱਥੇ ਆਪਾਂ ਪਾਵਾਂਗੇ ਪ੍ਰਾਈਮਰੀ ਬਿਜ਼ਨਸ ਐਡਰੈਸ, ਸੋ ਆਪਣਾ ਐਡਰੈਸ ਤੁਸੀਂ ਪਾ ਸਕਦੇ ਹੋ। ਸਿਟੀ ਪਾਓ, ਸਟੇਟ ਤੁਸੀਂ ਚੂਜ਼ ਕਰ ਸਕਦੇ ਹੋ, ਕਾਉਂਟੀ ਦੀ ਨਹੀਂ ਜ਼ਰੂਰਤ। ਤੁਸੀਂ ਜ਼ਿਪ ਕੋਡ ਪਾਓ ਆਪਣਾ, ਫਿਰ ਤੁਸੀਂ ਫੋਨ ਨੰਬਰ, ਫਿਰ ਤੁਸੀਂ ਆਪਣਾ ਬਿਜ਼ਨਸ ਈਮੇਲ ਪਾ ਸਕਦੇ ਹੋ। ਡੇਟ ਬਿਜ਼ਨਸ ਇਸਟੈਬਲਿਸ਼ਡ, ਤੁਸੀਂ ਕਿਹੜੇ ਡੇਟ ਨੂੰ ਆਪਣਾ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀਗਾ, ਇੱਥੇ ਆਪਾਂ ਡੇਟ ਪਾ ਦੇਵਾਂਗੇ। ਅਤੇ ਕਰੰਟ ਓਨਰਸ਼ਿਪ ਸੈਂਸ, ਜਿਹੜੀ ਤੁਹਾਡੀ ਕਰੰਟ ਓਨਰਸ਼ਿਪ ਆ ਉਹ ਕਦੋਂ ਤੋਂ ਆ ਚੱਲ ਰਹੀ ਹੈ, ਜੇ ਤੁਹਾਡੀ ਓਨਰਸ਼ਿਪ ਚੇਂਜ ਹੋਈ ਫਿਰ ਤੁਸੀਂ ਉਹ ਵੀ ਡੇਟ ਦੇਖ ਸਕਦੇ ਹੋ, ਪਰ ਇਹ ਕੇਸ ਵਾਸਤੇ ਆਪਾਂ ਸੇਮ ਰੱਖਾਂਗੇ। ਬਿਜ਼ਨਸ ਐਕਟੀਵਿਟੀ ਵਿੱਚ ਫਰੇਟ ਆਊਗਾ, ਆਪਾਂ ਇੱਥੇ ਫਰੇਟ ਦੇਖ ਸਕਦੇ ਹਾਂ। ਤੁਸੀਂ ਫਰੇਟ ਚੂਜ਼ ਕਰਨਾ ਜੇ ਤੁਸੀਂ ਟਰੈਕਿੰਗ ਕੰਪਨੀ ਹੋ, ਜੇ ਤੁਹਾਡੇ 'ਤੇ ਕੋਈ ਹੋਰ ਇੰਡਸਟਰੀ ਅਪਲਾਈ ਹੁੰਦੀ ਤੁਸੀਂ ਉਹ ਵੀ ਚੂਜ਼ ਕਰ ਸਕਦੇ ਹੋ। ਇੱਥੇ ਆਪਾਂ ਚੂਜ਼ ਕਰਾਂਗੇ ਟਰੈਕਟਰ ਟ੍ਰੇਲਰ ਟ੍ਰਾਂਸਪੋਰਟੇਸ਼ਨ। ਨੰਬਰ ਆਫ ਇੰਪਲੋਈਜ਼, ਇਸ ਸੈਂਪਲ ਟਰੱਕਿੰਗ ਕੰਪਨੀ ਦੇ 5 ਟਰੱਕ ਨੇ ਅਤੇ ਸਾਰੇ ਹੀ ਜਿਹੜੇ ਡਰਾਈਵਰ ਨੇ ਉਹ 1099 ਨੇ, ਸੋ ਇਹਦੇ ਵਿੱਚ ਆਪਾਂ ਜ਼ੀਰੋ ਪਾ ਦੇਵਾਂਗੇ ਇਸ ਵੇਲੇ। ਆਪਾਂ ਨੈਕਸਟ ਕਲਿੱਕ ਕਰ ਦੇਣਾ। ਹੁਣ ਆਪਾਂ ਇੱਥੇ ਪਾਵਾਂਗੇ ਬਿਜ਼ਨਸ ਓਨਰ ਦੀ ਇਨਫੋਰਮੇਸ਼ਨ। ਤੁਸੀਂ ਸਾਰੀ ਇਨਫੋਰਮੇਸ਼ਨ ਪਾਈ ਜਾਣੀ ਨਾਲ ਦੀ ਨਾਲ। ਸੁਖਵਿੰਦਰ ਸਿੰਘ ਓਨਰ ਨੇ, ਓਨਰਸ਼ਿਪ ਪ੍ਰਸੈਂਟ ਸਾਰੀ ਕੰਪਨੀ ਸੁਖਵਿੰਦਰ ਸਿੰਘ ਹੋਣਾ ਦੀ ਹੈ, ਸੋ ਇੱਥੇ 100% ਪਾ ਦੇਣਾ ਆਪਾਂ। ਦੁਬਾਰਾ ਫਿਰ ਆਪਾਂ ਇੱਥੇ ਈਮੇਲ ਪਾ ਦੇਵਾਂਗੇ, ਸੋਸ਼ਲ ਸਿਕਿਉਰਿਟੀ ਨੰਬਰ ਓਨਰ ਦਾ, ਅਤੇ ਇੱਥੇ ਆਪਾਂ ਪਾਵਾਂਗੇ ਓਨਰ ਦਾ ਓਨਰ ਦੀ ਬਰਥ ਡੇਟ। ਪਲੇਸ ਆਫ ਬਰਥ, ਤੁਸੀਂ ਆਪਣੀ ਕੰਟਰੀ ਪਾ ਸਕਦੇ ਹੋ ਜਾਂ ਯੂ ਐੱਸ ਏ ਪਾ ਸਕਦੇ ਹੋ। ਆਰ ਯੂ ਆ ਯੂ ਐੱਸ ਸਿਟੀਜ਼ਨ? ਯੈਸ। ਇੱਥੇ ਆਪਾਂ ਹੁਣ ਰੈਜ਼ੀਡੈਂਸ਼ੀਅਲ ਐਡਰੈਸ ਵੀ ਪਾ ਸਕਦੇ ਹਾਂ।
ਜੇ ਤੁਹਾਡੇ ਐਡੀਸ਼ਨਲ ਓਨਰਸ ਨੇ ਤਾਂ ਫਿਰ ਤੁਸੀਂ ਇੱਥੇ ਵੀ ਐਡ ਕਰ ਸਕਦੇ ਹੋ ਐਡੀਸ਼ਨਲ ਓਨਰਸ਼ਿਪ ਇਨਫੋਰਮੇਸ਼ਨ। ਸੋ ਇੱਕ ਵਾਰ ਆਪਾਂ ਰਿਵਿਊ ਕਰ ਲਈਏ। ਆਹ ਸਭ ਤੋਂ ਉੱਤੇ ਕੁਐਸਚਨ ਜਿਹੜਾ ਮੈਂ ਸਕਿੱਪ ਕਰ ਗਿਆ ਇਹ ਤੁਸੀਂ ਜ਼ਰੂਰ ਫਿਲ ਆਊਟ ਕਰਨਾ, ਇਜ਼ ਯੂਰ ਬਿਜ਼ਨਸ ਓਨਡ ਬਾਏ ਅ ਬਿਜ਼ਨਸ ਐਂਟੀਟੀ। ਇੱਥੇ ਆਪਾਂ ਨੋ ਕਲਿੱਕ ਕਰਾਂਗੇ ਕਿਉਂਕਿ ਇਹ ਸੁਖਵਿੰਦਰ ਸਿੰਘ ਉਹਨਾਂ ਦੀ ਕੰਪਨੀ ਆ। ਅਤੇ ਹੁਣ ਆਪਾਂ ਇੱਥੇ ਨੈਕਸਟ ਕਰ ਦੇਣਾ। ਇਹ ਹੁਣ ਐਡੀਸ਼ਨਲ ਇਨਫੋਰਮੇਸ਼ਨ ਆ, ਤੁਸੀਂ ਪਲੀਜ਼ ਇਹ ਇਕੱਲੇ ਇਕੱਲੇ ਕੁਐਸਚਨ ਰਿਵਿਊ ਕਰਕੇ ਯੈਸ ਜਾਂ ਨੋ ਆਂਸਰ ਕਰ ਦਿਓ। ਇਹ ਸਾਰੇ ਸਾਡੇ ਵਾਸਤੇ ਨੋ ਨੇ। ਜੇ ਤੁਹਾਨੂੰ ਇਹ ਜਿਹੜਾ ਬਲੂ ਸੈਕਸ਼ਨ ਆ ਇਹ ਉਹਦੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਕਿਸੇ ਨੇ ਅਸਿਸਟ ਕੀਤਾ ਹੋਵੇ ਐਪਲੀਕੇਸ਼ਨ ਭਰਨ ਵਾਸਤੇ। ਸੋ ਜੇ ਤੁਸੀਂ ਆਪ ਭਰ ਰਹੇ ਹੋ ਤੁਸੀਂ ਇਹ ਵੀ ਸਕਿੱਪ ਕਰ ਜਾਣਾ। ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਬੋਕਸ ਤੁਸੀਂ ਕਲਿੱਕ ਕਰਨਾ ਉਹ ਹੈਗਾ ਆਈ ਵੁੱਡ ਲਾਈਕ ਟੂ ਬੀ ਕੰਸਿਡਰਡ ਫੋਰ ਐਨ ਐਡਵਾਂਸ ਅਪ ਟੂ 10,000। ਇਹ ਤੁਸੀਂ ਜ਼ਰੂਰ ਕਲਿੱਕ ਕਰਨਾ। ਹੁਣ ਇੱਥੇ ਤੁਸੀਂ ਆਪਣੀ ਬੈਂਕ ਦੀ ਇਨਫੋਰਮੇਸ਼ਨ ਪਾ ਦੇਣੀ ਹੈ। ਅਤੇ ਆਪਣਾ ਰਾਊਟਿੰਗ ਨੰਬਰ ਅਤੇ ਅਕਾਊਂਟ ਨੰਬਰ ਪਾ ਕੇ ਅਤੇ ਤੁਸੀਂ ਰਿਵਿਊ ਕਰਕੇ ਸਾਰਾ ਕੁਛ ਅਤੇ ਇਹ ਚੈੱਕ ਬੋਕਸ 'ਤੇ ਕਲਿੱਕ ਕਰਕੇ ਇੱਥੇ ਤੁਸੀਂ ਬੇਸਿਕਲੀ ਸਰਟੀਫਾਈ ਕਰ ਰਹੇ ਹੋ ਕਿ ਇਹ ਸਾਰੀ ਇਨਫੋਰਮੇਸ਼ਨ ਸਹੀ ਆ। ਜਦੋਂ ਤੁਸੀਂ ਕਰ ਦਿੱਤਾ ਤੁਸੀਂ ਹੁਣ ਨੈਕਸਟ ਕਲਿੱਕ ਕਰ ਦੇਣਾ ਅਤੇ ਤੁਹਾਨੂੰ ਅੱਗੇ ਕਨਫਰਮੇਸ਼ਨ ਕੋਡ ਆ ਜਾਣਾ ਅਤੇ ਤੁਹਾਡੀ ਐਪਲੀਕੇਸ਼ਨ ਪ੍ਰੋਸੈਸਡ ਹੋ ਜਾਣੀ ਆ। ਅਤੇ ਇਹਦੀ ਜਿਹੜਾ ਕਨਫਰਮੇਸ਼ਨ ਕੋਡ ਤੁਹਾਨੂੰ ਮਿਲੂਗਾ ਉਹ ਤੁਸੀਂ ਜ਼ਰੂਰ ਸੇਵ ਕਰ ਲਿਓ ਅਤੇ ਜਦੋਂ ਤੁਹਾਨੂੰ ਐਪਲੀਕੇਸ਼ਨ ਤੁਹਾਡੀ ਅਪਰੂਵ ਹੋਊਗੀ ਤੁਹਾਨੂੰ ਈਮੇਲ ਦੇ ਰਾਹੀਂ ਉਹ ਪਤਾ ਦੱਸ ਦੇਣਗੇ। ਸੋ ਇਹ ਐਪਲੀਕੇਸ਼ਨ ਹੁਣ ਕੰਪਲੀਟ ਆ। ਇਸ ਵੀਡੀਓ ਨੂੰ ਬੋਬਟੇਲ ਫੈਕਟਰਿੰਗ ਵੱਲੋਂ ਸਪੋਂਸਰ ਕੀਤਾ ਗਿਆ। ਬੋਬਟੇਲ ਤੁਹਾਨੂੰ ਫੈਕਟਰਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਵਿਦ ਨੋ ਕੰਟਰੈਕਟ ਨੋ ਰਿਜ਼ਰਵ, ਕਾਫੀ ਸਿੰਪਲ ਫੈਕਟਰਿੰਗ ਆ। ਅਤੇ ਫਿਊਲ ਕਾਰਡਸ ਵੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਅਤੇ ਫਿਊਲ ਡਿਸਕਾਊਂਟਸ ਵੀ ਕਾਫੀ ਵਧੀਆ ਦਿੰਦੇ ਨੇ। ਸੋ ਜੇ ਤੁਹਾਨੂੰ ਲੋੜ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 410-204-2084, ਜਾਂ ਤੁਹਾਡੇ ਕੋਈ ਹੋਰ ਵੀ ਸਵਾਲ ਹੋਣ ਤੁਸੀਂ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ।